Hey guys, welcome back with another reaction video. ਕਿਵੇਂ ਤੁਸੀਂ ਸਾਰੇ? I hope ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ. So guys, ਅੱਜ ਅਸੀਂ reaction ਕਰਨ ਜਾ ਰਹੇ ਹਾਂ ਗਿੱਪੀ ਗਰੇਵਾਲ ਦੇ ਨਿਊ ਸੌਂਗ ਦੇ ਉੱਤੇ ਜਿਹਦਾ ਨਾਮ ਹੈਗਾ ਹਥਿਆਰ 2 ਤੇ ਹਥਿਆਰ 2 ਦੇ ਉੱਤੇ ਅੱਜ ਅਸੀਂ reaction ਕਰਾਂਗੇ. ਔਰ ਗਾਣਾ ਹੈਗਾ ਇਹਨਾਂ ਦੀ ਨਿਊ ਐਲਬਮ ਜਿਹੜੀ ਆ ਰਹੀ ਹੈ ਗੇ ਲਿਮਿਟਡ ਐਡੀਸ਼ਨ ਤੇ ਇਸ ਐਲਬਮ ਦੇ ਗਾਣਾ ਪਹਿਲਾ ਟਰੈਕ ਹੈਗਾ ਹੈ ਹਥਿਆਰ 2 ਤੇ ਹਥਿਆਰ 2 ਦੇ ਉੱਤੇ ਅੱਜ ਅਸੀਂ reaction ਕਰਨ ਜਾ ਰਹੇ ਹਾਂ ਤੇ ਦੇਖਾਂਗੇ ਇਸ ਗਾਣੇ ਵਿੱਚ ਕੀ ਕੀ ਹੁੰਦਾ. ਮਤਲਬ ਯਾਰ ਪੁਰਾਣਾ ਗਿੱਪੀ ਗਰੇਵਾਲ ਬਾਈ ਸਾਨੂੰ ਦਿਖਦਾ ਨਹੀਂ ਦਿਖਦੇ ਤੇ ਦੇਖਾਂਗੇ ਗਾਣੇ ਦੀ ਵੀਡੀਓ ਕਿਵੇਂ ਦੀ ਹੋਏਗੀ. ਅਗਰ ਤੁਹਾਨੂੰ ਗਾਣਾ ਚੰਗਾ ਲੱਗੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਤੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ. ਤੇ ਇਸ ਗਾਣੇ ਵਿੱਚ ਜਿਹੜੇ ਫੀਚਰਿੰਗ ਕਰ ਰਹੇ ਹੈਗੇ ਮਨਪ੍ਰੀਤ ਕੌਰ ਨੇ, ਮਤਲਬ ਉਹ ਗਾਣਾ ਗਾਇਆ ਹੈਗਾ ਫੀਮੇਲ ਵੋਕਲ ਮਨਪ੍ਰੀਤ ਕੌਰ ਦੀ ਹੈਗੀ. ਔਰ ਜੋ ਇਸ ਗਾਣੇ ਵਿੱਚ ਫੀਚਰਿੰਗ ਕਰ ਰਹੇ ਉਹ ਨਵਪ੍ਰੀਤ ਬੰਗਾ ਫੀਚਰਿੰਗ ਕਰ ਰਹੇ ਕੁੜੀ ਜਿਹੜੇ ਦੇ ਨਾਲ ਹੈਗੀ, ਮਤਲਬ ਉਹ ਮਤਲਬ ਇੰਸਟਾਗ੍ਰਾਮ ਤੇ ਬਹੁਤ ਵੱਡੀ ਸਲੈਬ ਹੈਗੇ. ਤੇ ਬਾਕੀ ਤੇ ਕਰਦੇ ਆ ਵੀਡੀਓ ਨੂੰ ਬਿਨਾ ਕਿਸੇ ਦੇਰ ਤੋਂ ਸਟਾਰਟ. ਹਾਏ, ਬਾਹਰ ਦੀ ਵੀਡੀਓ ਸ਼ੂਟ ਕੀਤੀ ਹੈਗੀ. ਸਹੀ ਹੈ. Yo, my car. Yo, one minute. My car. Hey, you want some of this? ਬਸ ਹੋ ਗਿਆ. ਬਿਨਾ ਗੱਲੋਂ ਕਿਸੇ ਨਾਲ ਵੈਰ ਨੀਓ ਪਾਈਦਾ. ਫੇਰ ਵੀ ਜੇ ਸਾਲਾ ਕੋਈ ਜਾਣ ਜਾਣ ਘੇਰਦਾ, ਹੋਏ ਉਦੋਂ ਖੂਨ ਖਾਲਦਾ ਕੂਮ ਵਾਲੇ ਸ਼ੇਰ ਦਾ. ਹਥਿਆਰ ਰੱਖ ਦੇ ਖਾਰ ਬੱਲੀ ਏ, ਤੇਰੇ ਨਾਲ ਪੁੱਸ ਤੋਲਾਂ ਵਾਲੇ ਕੌਣ ਹੁੰਦੇ ਆ ਮੇਰੇ ਯਾਰ ਬੱਲੀ ਏ, ਇਹਨਾਂ ਦਾ ਕੀ ਤੇਰੇ ਨਾਲ ਕੰਮ ਦੱਸ ਦੇ. ਯਾਰ ਗਿੱਪੀ ਬਾਈ ਨੇ ਮਤਲਬ ਕਿੱਦਾਂ ਗੱਡੀ ਕਮਾਈ ਹੈ, ਮੈਂ ਤਾਂ ਹੈਰਾਨ ਹਾਂ. ਮਤਲਬ ਸੋਚਿਆ ਸੀ ਯਾਰ ਕੋਈ ਸਟੰਟਮੈਨ ਰੱਖਿਆ ਹੋਏਗਾ, ਮਤਲਬ ਜੋ ਗੱਡੀ ਨੂੰ ਇੱਦਾਂ ਕਮਾ ਰਿਹਾ ਹੋਏਗਾ, ਬਟ ਗਿੱਪੀ ਬਾਈ ਨੇ ਖੁਦ ਇੱਦਾਂ ਕੀਤਾ ਯਾਰ. ਮਤਲਬ ਨੈਕਸਟ ਲੈਵਲ ਦੀ ਵੀਡੀਓ ਕਰ ਦਿੱਤੀ ਔਰ ਗੈਂਗਸਟਰ ਵਾਈਬਸ ਪੂਰੇ ਗਾਣੇ ਵਿੱਚ ਆ ਰਹੀ ਆ, ਪੂਰੀ ਗੈਂਗਸਟਰ ਵਾਲੀ ਫੀਲ ਦੇ ਦਿੱਤੀ ਗਾਣੇ ਦੀ, ਤਾਂ ਬਹੁਤ ਹੀ ਘੈਂਟ ਹੈ. ਔਰ ਗਾਣੇ ਦਾ ਮਿਊਜ਼ਿਕ ਬਹੁਤ ਹੀ ਪਿਆਰਾ ਅਤੇ ਗਾਣੇ ਦੇ ਜਿਹੜੇ ਲਿਰਿਕਸ ਲਿਖੇ ਉਹ ਵੈਸੇ ਹੈਪੀ ਰਾਏ ਖੋਟੀ ਦੀ ਤਰਫੋਂ ਹੈਗੇ ਲਿਰਿਕਸ ਗਾਣੇ ਦੇ. ਅਤੇ ਵੀਡੀਓ ਨੂੰ ਕਰਦੇ ਆ ਪਲੇ. ਜਿੰਦਗੀ ਚ ਦੱਸ ਭਲਾ ਕੀ ਖੱਟਿਆ ਬਸ ਪਿਆਰ ਬੱਲੀਏ, ਤੇਰੇ ਨਾਲ ਪੁੱਸ ਤੋਲਾਂ ਵਾਲੇ ਕੌਣ ਹੁੰਦੇ ਆ ਯਾਰ ਬੱਲੀਏ, ਇਹਨਾਂ ਦਾ ਕੀ ਤੇਰੇ ਨਾਲ ਕੰਮ ਦੱਸ ਦੇ ਆਰ ਪਾਰ ਬੱਲੀਏ. ਸ਼ਰੀਫ ਹੋ ਗਿਆ ਵੇ ਹੁਣ ਢੀਠ ਹੋ ਗਿਆ, ਤੈਨੂੰ ਹੋ ਗਿਆ ਕੀ ਹੈਪੀ ਵੇ. ਹੋ ਪਿਆਰ ਪਿਓਰ ਲੋਕ ਜਿੱਤ ਕੱਟ ਰੱਖਦੇ ਨੀ ਬਸ ਯੱਤ ਰੱਖਦੇ ਨੀ, ਚੇਂਜ ਹੋ ਗਏ ਅਸੂਲ ਹੈਪੀ ਦੇ. ਫਿਊਚਰ ਕੀ ਤੇਰਾ ਰਾਏਕੋਟ ਵਾਲਿਆ ਹਾਰ ਬੱਲੀਏ, ਤੇਰੇ ਨਾਲ ਪੁੱਸ ਤੋਲਾਂ ਵਾਲੇ ਕੌਣ ਹੁੰਦੇ ਆ ਮੇਰੇ ਯਾਰ ਬੱਲੀਏ, ਇਹਨਾਂ ਦਾ ਕੀ ਤੇਰੇ ਨਾਲ ਕੰਮ ਦੱਸ ਦੇ ਹਾਰ ਪਾਰ ਬੱਲੀਏ. ਕੱਟੀ ਤੇਰੀ ਲੱਗਦੀ ਉਮਰ ਤਾਂ ਨੀ ਜੱਟਾ, ਯੂਪੀ ਵਾਲਾ ਕੱਟਾ.
बात है, सिरा कराती भाई। सो गाइस ऐसी का सॉन्ग ते सॉन्ग तो बहुत ज़्यादा कैंट सी यार। आई होप तुहानू वी गाना बहुत ही चंगा लगा होगा ते गाने दा जिहड़ा म्यूजिक कीता होगा लाडी गिल ने ते गाना दा म्यूजिक भाई बहुत ही कैंट सी, बहुत कैंट म्यूजिक सीगा ते गाने दी वीडियो बहुत ही प्यारी बनाई सी और गाने जिहड़े लिरिक्स और कंपोज कीता है पी राय कोटी दा भाई लिरिक्स ते है ही माहिर, मतलब यार बहुत ही कैंट कैंट गाने लिखदे हैगे। ते जिहड़ी फीमेल वोकल सीगी ते बहुत ही प्यारी सीगी मनप्रीत कौर दी, ते मैनू तो बहुत सही लगी वो वॉइस। ते बाकी गिप्पी गरेवाल दी मतलब वॉइस पुरानी वाली बैक आ गई है, ते हुण इदां ही उन्होंने और भी गाने उत्ते असीं रिएक्शन करांगे ते देखांगे और भी सॉन्ग्स किद्दां दे हुंदे आ। इह वाला गाना तो सानूं बहुत ज़्यादा कैंट लगा ते आई होप तुहानूं भी चंगा लगा होगा। तो वीडियो चंगी लगी तो वीडियो नूं कर दिओ लाइक ते कमेंट करके सानूं जरूर दस्यो ते मिलेंगे तुहानूं और किसी वीडियो च। तद तक लई अपना ख्याल रखियो, बाय बाय, टेक केयर, रब राखा। तेरे नाल पुछ तोलां वाले कौन हुंदे यार बल्लीए।